दोस्तों सारे वीरां नूं प्यार भरी सत श्री अकाल। दोस्तों इस तरह गल है भी आपां नूं हर गल जदों कोई करदा उत्थे सीखनी चाहीदी आ। इह जिहड़ी मैं वीडियो बनाउण लग्गिया इहनूं पूरी देखणा और एंड तक देखणी और पता लगना चाहीदा कि बंदे ने किस तरीके नाल गल कीती आ और किस तरीके नाल गल इह ਸਾਡੇ ਸਮਝਣ ਵਾਲੀ ਹੈ ਜਾਂ ਨਹੀਂ ਸਮਝਣ ਵਾਲੀ ਬੰਦੇ ਨੂੰ ਫਿਰ ਪਤਾ ਲੱਗਦਾ ਜਦੋਂ ਆਪਾਂ ਪੂਰੀ ਵੀਡੀਓ ਕਿਸੇ ਦੀ ਦੇਖਾਂਗੇ ਤਾਂ ਇਹਦੇ ਵਿੱਚ ਆਪਾਂ ਦੱਸਾਂਗੇ ਵੀ ਸਾਨੂੰ ਕੌਣ ਦੇਖਦਾ ਕੌਣ ਨਹੀਂ ਦੇਖਦਾ। ਰੋਟੀ ਖਾਣ ਲੱਗਿਆਂ ਬੈਠਣ ਲੱਗਿਆਂ ਉੱਠਣ ਲੱਗਿਆਂ ਸਾਨੂੰ ਕਿਹੜੀ ਚੀਜ਼ ਕਿਤੋਂ ਅਸੀਂ ਚੋਰੀ ਕਰ ਰਹੇ ਹਾਂ ਇਸ ਚੀਜ਼ ਦੇ ਬਾਰੇ ਮੈਂ ਥੋੜ੍ਹੀ ਗੱਲ ਕਰਨ ਲੱਗਿਆ। ਥੋੜ੍ਹਾ ਧਿਆਨ ਦੇਣਾ, ਵੀਡੀਓ ਪੂਰੀ ਦੇਖਣੀ। ਦੋਸਤੋ ਇੱਕ ਬਹੁਤ ਸਿਆਣਾ ਬੰਦਾ ਸੀ, ਬਜ਼ੁਰਗ ਬੰਦਾ ਸੀ ਅਤੇ ਨਿਤਨੇਮ ਪਾਠ ਪੂਜਾ ਕਰਨ ਵਾਲਾ ਬੰਦਾ ਸੀਗਾ। ਮੰਦਰਾਂ ਵਿੱਚ, ਗੁਰਦੁਆਰਿਆਂ ਵਿੱਚ, ਹੋਰ ਧਾਰਮਿਕ ਸਥਾਨਾਂ 'ਤੇ ਬਹੁਤ ਜਾਣ ਵਾਲਾ ਬੰਦਾ ਸੀ। ਕੋਈ ਵੀ ਧਾਰਮਿਕ ਸਥਾਨ ਸੀ ਅਤੇ ਸਰਨੀਮਾ ਕਰਕੇ ਉਹ ਜਾਂਦਾ ਹੁੰਦਾ ਸੀਗਾ। ਉਹਦੀ ਉਮਰ ਜ਼ਿਆਦਾ ਹੋ ਗਈ, ਉਹਨੇ ਸੋਚਿਆ ਵੀ ਹੁਣ ਉਮਰ ਜ਼ਿਆਦਾ ਹੋ ਗਈ ਵੀ ਹੁਣ ਜਿਹੜੀ ਮੇਰੇ ਕੋਲ ਜ਼ਮੀਨ ਜਾਇਦਾਦ ਆ ਵੀ ਇਹ ਮੁੰਡਿਆਂ ਨੂੰ ਦਿੱਤੀ ਜਾਵੇ। ਮੁੰਡਿਆਂ ਨੂੰ ਕਿਸ ਤਰੀਕੇ ਨਾਲ ਦਿੱਤੀ ਜਾਵੇ? ਉਹ ਕਹਿੰਦਾ ਮੈਂ ਇੱਕ ਮੁੰਡੇ, ਉਹਦੇ ਤਿੰਨ ਮੁੰਡੇ ਸੀ, ਕਹਿੰਦਾ ਮੈਂ ਇੱਕ ਮੁੰਡੇ ਨੂੰ ਦੇਣੀ ਆ ਜ਼ਮੀਨ, ਉਸ ਮੁੰਡੇ ਨੂੰ ਦੇਣੀ ਆ ਜਿਹੜਾ ਮੁੰਡਾ ਸਿਆਣਾ, ਜਿਹੜਾ ਸਮਝਦਾਰ ਆ, ਦੂਜੇ ਨੂੰ ਨਹੀਂ। ਉਹਨੇ ਆਪਣੇ ਬੱਚੇ ਬੁਲਾਏ, ਬੱਚੇ ਬੁਲਾ ਕੇ ਤਾਂ ਉਹਨਾਂ ਨੂੰ ਕਿਹਾ ਲਓ ਭਾਈ ਤਿੰਨ ਫਲ ਲਿਆਂਦੇ, ਤਿੰਨਾਂ ਨੂੰ ਫਲ ਦੇ ਦਿੱਤੇ। ਕਹਿੰਦਾ ਜਾਓ ਭਾਈ ਤੁਸੀਂ ਇਹ ਉੱਥੇ ਬੈਠ ਕੇ ਫਲ ਖਾਣੇ ਆ ਜਿੱਥੇ ਤੁਹਾਨੂੰ ਕੋਈ ਨਾ ਦੇਖੇ, ਉੱਥੇ ਬੈਠ ਕੇ ਫਲ ਖਾਣੇ ਆ ਜਿੱਥੇ ਤੁਹਾਨੂੰ ਕੋਈ ਬੈਠ ਕੇ ਨਾ ਦੇਖੇ। ਉਹਨਾਂ ਤਿੰਨਾਂ ਮੁੰਡਿਆਂ ਨੇ ਫਲ ਲਏ ਔਰ ਚਲੇ ਗਏ। ਕੋਈ ਦਰਖਤ 'ਤੇ ਚੜ੍ਹ ਗਿਆ, ਕੋਈ ਕਿਤੇ ਮਤਲਬ ਲੁਕ ਗਿਆ ਵੀ ਕੋਈ ਬੰਦਾ ਮੈਨੂੰ ਦੇਖਦਾ ਨਹੀਂ, ਵੀ ਇੱਥੇ ਬੈਠ ਕੇ ਖਾ ਲੈਂਦਾ, ਇੱਥੇ ਬੈਠ ਕੇ ਖਾ ਲੈਂਦਾ। ਪਰ ਉਹਦੇ ਵਿੱਚੋਂ, ਤਿੰਨਾਂ ਭਰਾਵਾਂ ਦੇ ਵਿੱਚੋਂ ਇੱਕ ਮੁੰਡਾ ਬਹੁਤ ਸਮਝਦਾਰ ਸੀ। ਉਹ ਆਸੇ ਪਾਸੇ ਦੇਖਿਆ, ਉੱਪਰ ਨੂੰ ਨਿਗਾਹ ਮਾਰੀ, ਸਾਰੇ ਪਾਸੇ ਦੇਖਿਆ ਵੀ ਮੰਨ ਲਓ ਉਹ ਮੁੰਡੇ ਨੇ ਸੋਚਿਆ ਕਿ ਮੈਂ ਦੁਨੀਆ ਤੋਂ ਚੋਰੀ ਜੇ ਫਲ ਖਾਂਦਾ ਪਰ ਪਰਮਾਤਮਾ ਉੱਪਰ ਰੱਬ ਤਾਂ ਮੈਨੂੰ ਦੇਖ ਰਿਹਾ ਵੀ ਚੋਰੀ ਤਾਂ ਮੈਂ ਕਰ ਨਹੀਂ ਰਿਹਾ, ਸਾਹਮਣੇ ਉਹ ਤਾਂ ਦੇਖ ਰਿਹਾ ਵੀ ਮੇਰੇ ਪਿਤਾ ਜੀ ਨੇ ਕਿਹਾ ਵੀ ਕੋਈ ਤੈਨੂੰ ਦੇਖੇ ਨਾ ਖਾਣ ਲੱਗਿਆ। ਲੇਕਿਨ ਉਹ ਅਕਾਲ ਪੁਰਖ, ਉਹ ਵਾਹਿਗੁਰੂ, ਉਹ ਪਰਮਾਤਮਾ ਤੁਹਾਨੂੰ ਦੇਖ ਰਿਹਾ ਕੀ ਕਰਮ ਕਰ ਰਹੇ ਹਾਂ, ਚੰਗਾ ਕਰਮ ਕਰ ਰਹੇ ਹਾਂ ਜਾਂ ਮਾੜਾ ਕਰਮ ਕਰ ਰਹੇ ਹਾਂ। ਉਹ ਤਾਂ ਹਰ ਟਾਈਮ ਦੇਖਦਾ। ਦੋ ਭਰਾਵਾਂ ਨੇ ਛੁਪ ਕੇ ਜਾਣੀ ਕਿ ਫਲ ਖਾ ਲਿਆ ਅਤੇ ਇੱਕ ਜਿਹੜਾ ਸਮਝਦਾਰ ਬੰਦਾ ਸੀ ਉਹਨੇ ਨਹੀਂ ਖਾਧਾ, ਉਹ ਫਲ ਉਹਦੀ ਵਾਪਸ ਮੋੜ ਕੇ ਆਪਣੇ ਬਜ਼ੁਰਗ ਦੇ ਕੋਲ, ਆਪਣੇ ਪਿਤਾ ਜੀ ਦੇ ਕੋਲ ਲੈ ਆਇਆ। ਉਹਨਾਂ ਨੂੰ ਪੁੱਛਿਆ ਭਾਈ ਤੁਸੀਂ ਕਿੱਥੇ ਖਾਧਾ? ਕਹਿੰਦਾ ਜੀ ਇੱਕ ਕਹਿੰਦਾ ਮੈਂ ਫਲਾਨੀ ਜਗ੍ਹਾ ਬੈਠ ਕੇ ਖਾਧਾ ਉੱਥੇ ਕੋਈ ਨਹੀਂ ਸੀ, ਦੂਜਾ ਕਹਿੰਦਾ ਮੈਂ ਫਲਾਨੀ ਜਗ੍ਹਾ ਬੈਠ ਕੇ ਖਾਧਾ ਉੱਥੇ ਕੋਈ ਨਹੀਂ ਸੀ, ਮੈਨੂੰ ਕਿਸੇ ਨੇ ਦੇਖਿਆ ਨਹੀਂ। ਜਿਹੜਾ ਤੀਸਰਾ ਸੀਗਾ ਉਹ ਕਹਿੰਦਾ ਪਿਤਾ ਜੀ ਵੀ ਦੁਨੀਆ ਤੋਂ ਚੋਰੀ ਤਾਂ ਮੈਂ ਕੰਮ ਕਰਦਾ ਖਾ ਲੈਂਦਾ ਕੋਈ ਚੰਗਾ, ਲੇਕਿਨ ਮੈਂ ਜਦ ਉੱਪਰ ਨੂੰ ਨਿਗਾਹ ਮਾਰੀ ਤਾਂ ਉਹ ਅਕਾਲ ਪੁਰਖ ਦੇਖ ਰਿਹਾ, ਉਹ ਤੋਂ ਚੋਰੀ ਕਿੱਦਾਂ ਹੋ ਸਕਦੀ ਆ, ਉਹਨੇ ਤਾਂ ਮੈਨੂੰ ਖਾਂਦਿਆਂ ਹੋਇਆ ਦੇਖਣਾ ਹੀ ਆ ਨਾ। ਉਹ ਕਹਿੰਦਾ ਬੇਟਾ ਜ਼ਮੀਨ ਦਾ ਹੱਕਦਾਰ ਤੂੰ ਆ, ਤੂੰ ਚੋਰੀ ਨਹੀਂ ਕਰੇਗਾ, ਤੂੰ ਸਮਝਦਾਰੀ ਨਾਲ ਕੰਮ ਕਰੇਗਾ, ਕਿਸੇ ਨਾਲ ਬੇਈਮਾਨੀ ਨਹੀਂ ਕਰੇਗਾ, ਕਿਸੇ ਦਾ ਕਿਸੇ ਦੇ ਕੋਲੋਂ ਫਰੀ ਕਿਸੇ ਦਾ ਮਤਲਬ ਪੈਸਾ ਨਹੀਂ ਖਾਵੇਂਗਾ। ਜੇ ਕਿਸੇ ਨੇ ਤੈਨੂੰ ਇੱਕ ਟਾਈਮ ਖਿਲਾਇਆ ਹੋਊਗਾ ਤੂੰ ਦੋ ਟਾਈਮ ਕਿਸੇ ਨੂੰ ਖਿਲਾਵੇਂਗਾ, ਇਸ ਕਰਕੇ ਤੂੰ ਬਹੁਤ ਸਮਝਦਾਰ ਬੰਦਾ, ਜ਼ਮੀਨ ਦਾ ਹੱਕਦਾਰ ਤੂੰ ਆ, ਇਹਨਾਂ ਦੇ ਨਾਲ ਜ਼ਮੀਨ ਨਹੀਂ ਲਵਾਉਣੀ, ਇਹਨਾਂ ਨੂੰ ਉਸ ਤਰੀਕੇ ਨਾਲ ਆਪਣੇ ਭਰਾ ਸਮਝ ਕੇ ਇਹਨਾਂ ਦੇ ਬੱਚਿਆਂ ਨੂੰ ਜ਼ਰੂਰ ਪੜ੍ਹਾਵੀਂ ਲਿਖਾਵੀਂ, ਉਹਨਾਂ ਇਹਨਾਂ ਦੇ ਬੱਚਿਆਂ ਨੂੰ ਅਕਲ ਦੇਵੀਂ ਅਤੇ ਇਹਨਾਂ ਦੇ ਬੱਚਿਆਂ ਨੂੰ ਗਾਂ ਜੇ ਇਹੋ ਜਿਹੇ ਬੱਚੇ ਨਿਕਲਣਗੇ ਤਾਂ ਉਹਨਾਂ ਨੂੰ ਜ਼ਮੀਨ ਜਾਇਦਾਦ ਇਹਨਾਂ ਦੇ ਹਿੱਸੇ ਦੀ ਉਹਨਾਂ ਨੂੰ ਦੇਵੀਂ, ਜੇ ਉਹ ਸਮਝਦਾਰ ਨਿਕਲਣਗੇ ਤਾਂ, ਪਰ ਇਹਨਾਂ ਨੂੰ ਨਹੀਂ ਦੇਣੀ, ਇਹ ਇਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਵੀ ਸਾਨੂੰ ਕੌਣ ਦੇਖਦਾ ਚੋਰੀ ਕਰਨ ਲੱਗਿਆ। ਉਹ ਉਹਨਾਂ ਤਿੰਨਾਂ ਭਰਾਵਾਂ ਦੇ ਵਿੱਚੋਂ ਇੱਕ ਬੰਦਾ ਸਮਝਦਾਰ ਸੀ, ਉਹ ਸਾਰੀ ਜ਼ਮੀਨ ਦਾ ਹੱਕਦਾਰ ਬਣ ਗਿਆ।
ਦੋਸਤੋ ਅਸੀਂ ਕੋਈ ਵੀ ਕੰਮ ਕਰਦੇ ਹਾਂ ਨਾ, ਚੋਰੀ ਕਰਦੇ ਹਾਂ ਜਾਂ ਅਸੀਂ ਕੋਈ ਕਿਸੇ ਦਾ ਹੱਕ ਮਾਰਦੇ ਹਾਂ ਜਾਂ ਅਸੀਂ ਕੁਛ ਵੀ ਅਸੀਂ ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਤਾਂ ਸਾਨੂੰ ਉਹ ਪਰਮਾਤਮਾ ਦੇਖਦਾ ਵਾ, ਇਹ ਸਾਨੂੰ ਲੇਖਾ ਫਿਰ ਦੇਣਾ ਪੈਣਾ ਵਾ। ਇਸ ਕਰਕੇ ਇਨਸਾਨ ਇਨਸਾਨ ਤੋਂ ਚੋਰੀ ਕਰ ਸਕਦਾ ਲੇਕਿਨ ਉਸ ਪਰਮਾਤਮਾ ਤੋਂ ਚੋਰੀ ਨਹੀਂ ਕਰ ਸਕਦਾ। ਉਹ ਸਾਨੂੰ ਦੇਖਦਾ, ਉਹ ਤਾਂ ਹਰ ਟਾਈਮ ਦੇਖਦਾ, ਉਹਨੇ ਤਾਂ ਲੇਖਾ ਲੈਣਾ ਅਤੇ ਸਾਨੂੰ ਲੇਖਾ ਦੇਣਾ ਪੈਣਾ। ਦੋਸਤੋ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਕਿ ਸਮਝ ਆ ਜਾਏ ਕਿ ਆਪਾਂ ਕਿਸ ਤਰੀਕੇ ਨਾਲ ਦੁਨੀਆਂ ਦੇ ਉੱਤੇ ਚੱਲਣਾ ਵਾ, ਕਿਸ ਤਰੀਕੇ ਨਾਲ ਨਹੀਂ ਚੱਲਣਾ। ਇਹਨਾਂ ਗੱਲਾਂ ਦਾ ਜ਼ਰੂਰੀ ਧਿਆਨ ਦਿਆ ਕਰੋ, ਇਹ ਗੱਲਾਂ ਸਿੱਖਣ ਵਾਲੀਆਂ ਵਾ ਤਾਂ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਚੀਜ਼ਾਂ ਅਗਰ ਆਪਾਂ ਲਾਗੂ ਕਰੀਏ ਤਾਂ ਅਸੀਂ ਸਤਿਯੁੱਗ ਦੇ ਬੰਦੇ ਬਣ ਸਕਦੇ ਹਾਂ, ਕਲਯੁੱਗ ਦੇ ਬੰਦੇ ਨਹੀਂ। ਕਲਯੁੱਗ ਦੇ ਬੰਦੇ ਨਰਕਾਂ ਦੇ ਅਧਿਕਾਰੀ ਆ, ਕਿਉਂਕਿ ਇਹਨਾਂ ਨੇ ਚੋਰੀ ਕਰਨੀ, ਡਾਕੇ ਮਾਰਨੇ ਆ, ਮਤਲਬ ਇਹੋ ਜਿਹੀਆਂ ਗੱਲਾਂ ਕਰਨੀਆਂ ਵਾ ਜਿਹੜੀਆਂ ਗੱਲਾਂ ਕਰਨ ਵਾਲੀਆਂ ਨਹੀਂ ਰਹਿ ਗਈਆਂ। ਅਤੇ ਸਤਿਯੁੱਗੀ ਬੰਦੇ ਜਿਹੜੇ ਆ ਉਹਨਾਂ ਦੀ 800 ਸਾਲ ਉਮਰ, ਹਜ਼ਾਰ ਸਾਲ ਉਮਰ, 15-15, 12-12 ਸੌ ਸਾਲ ਉਮਰ ਹੁੰਦੀ ਸੀ ਸਤਿਯੁੱਗੀਆਂ ਦੀ। ਆਪਾਂ ਉਹ ਉਮਰਾਂ ਲੈਣ ਦੀ ਕੋਸ਼ਿਸ਼ ਕਰੀਏ। ਆ 40-50 ਸਾਲ ਜੀ ਕੇ ਆਉਂਦੇ ਜਾਂਦੇ ਰਹੀਏ, ਕਦੇ ਕੁਛ ਬਣ ਗਿਆ, ਕਦੇ ਕੁਛ ਬਣ ਗਿਆ, ਇਹਨਾਂ ਨੂੰ ਆਪਾਂ ਛੱਡੀਏ ਤਾਂ ਕਿ ਆਪਾਂ ਚੋਰੀਆਂ ਤੋਂ, ਕਿਸੇ ਦੀ ਬੁਰਿਆਈ ਤੋਂ, ਆਪਣੇ ਕਿਸੇ ਦੇ ਮਾੜੇ ਕੰਮ ਜਿਹੜੇ ਆਪਾਂ ਕਰਦੇ ਹਾਂ ਇਹਨਾਂ ਨੂੰ ਛੱਡ ਕੇ ਚੰਗੇ ਰਾਹ 'ਤੇ ਲੱਗੀਏ ਤਾਂ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਉਧਾਰ ਹੋ ਸਕੇ। ਆਪਾਂ ਇਹੋ ਜਿਹਾ ਵੀਡੀਓ ਸੁਣਿਆ ਕਰੀਏ। ਦੋਸਤੋ ਜੇ ਤੁਹਾਡੇ ਵੀਰ ਦੀ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।